ਪੰਜਾਬ ਵਿੱਚ ਐਸਸੀ ਤੇ ਬੀਸੀ ਸਟੂਡੈਂਟਸ ਜਦੋਂ ਸਕਾਲਰਸ਼ਿਪ ਅਵੇਲ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੂੰ ਫ੍ਰੀ ਸ਼ਿਪ ਕਾਰਡ ਪਹਿਲਾਂ ਬਣਾਉਣਾ ਪੈਂਦਾ ਹੈ। ਉਹ ਫ੍ਰੀ ਸ਼ਿਪ ਕਾਰਡ ਆਨਲਾਈਨ ਬਣਦਾ ਹੈ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਗਵਰਨਮੈਂਟ ਆਫ ਪੰਜਾਬ ਤੇ ਜਾ ਕੇ ਫਿਲ ਵੀ ਤੁਸੀਂ ਇਹੀ ਕਰਨਾ ਹੈ scholarships.punjab.gov.in ਜਾਂ ਤੁਸੀਂ ਡਾਕਟਰ ਅੰਬੇਦਕਰ ਸਕਾਲਰਸ਼ਿਪ ਪੋਰਟਲ ਫਿਲ ਕਰੋਗੇ ਤੇ ਪੰਜਾਬ ਸਕਾਲਰਸ਼ਿਪ ਪੋਰਟਲ ਆ ਜਾਏਗਾ, ਇਸ ਨੂੰ ਕਲਿੱਕ ਕਰਦੇ ਹੋ। ਵੈਸੇ ਇਸ ਦਾ ਲਿੰਕ ਨੀਚੇ ਦਿੱਤਾ ਗਿਆ ਹੋਏਗਾ। ਇਸ ਵੀਡੀਓ ਵਿੱਚ ਤੁਸੀਂ ਫ੍ਰੀ ਸ਼ਿਪ ਕਾਰਡ ਕਿਵੇਂ ਬਣਾਉਣਾ ਹੈ ਇਹ ਨੈਕਸਟ ਵੀਡੀਓ 'ਚ ਕਰਾਂਗੇ, ਲੇਕਿਨ ਉਹਦੇ ਲਈ ਰਿਕੁਆਇਰਮੈਂਟਸ ਕੀ ਨੇ ਉਹ ਪਹਿਲਾਂ ਜਾਣ ਲੈਣੀਆਂ ਜ਼ਰੂਰੀ ਹੁੰਦੀਆਂ ਹਨ। ਜਦੋਂ ਅਸੀਂ ਫਾਰਮ ਓਪਨ ਕਰ ਲੈਂਦੇ ਹਾਂ ਤਾਂ ਕਈ ਵਾਰ ਸਾਨੂੰ ਹੁੰਦਾ ਹੈ ਕਿ ਉਹ ਚੀਜ਼, ਉਹ ਡਾਕੂਮੈਂਟ, ਉਹ ਇਨਫੋਰਮੇਸ਼ਨ ਸਾਡੇ ਕੋਲ ਨਹੀਂ ਹੈ। ਸੋ ਇਨਫੋਰਮੇਸ਼ਨ ਪਹਿਲਾਂ ਲੈ ਲੈਣੀ ਚਾਹੀਦੀ ਹੈ। ਇਨਫੋਰਮੇਸ਼ਨ ਅਤੇ ਡਾਕੂਮੈਂਟ ਦੀ ਜਾਣਕਾਰੀ ਹੁਣ ਮੈਂ ਦੇਵਾਂਗਾ, ਉਹ ਤੁਸੀਂ ਕਲੈਕਟ ਕਰਕੇ ਫਿਰ ਸਟੂਡੈਂਟ ਰਜਿਸਟ੍ਰੇਸ਼ਨ 'ਤੇ ਆਉਂਦੇ ਹੋ ਇਸ ਫਾਰਮ ਨੂੰ ਫਿਲ ਕਰਨ ਲਈ। ਸਿਰਫ ਗੱਲ ਕਰਾਂਗੇ ਕਿ ਇਨਫੋਰਮੇਸ਼ਨ ਅਤੇ ਡਾਕੂਮੈਂਟ ਕਿਹੜੇ ਰਿਕੁਆਇਰਡ ਨੇ ਫ੍ਰੀ ਸ਼ਿਪ ਕਾਰਡ ਬਣਵਾਉਣ ਲਈ। ਫਸਟ, ਫੋਟੋਗ੍ਰਾਫ ਅਪਲੋਡ ਕਰਨੀ ਪੈਂਦੀ ਹੈ ਜਿਹੜੀ ਕਿ 20 KB ਫਾਰਮ ਤੋਂ ਘੱਟ ਹੋਵੇ, ਫਾਰਮੈਟ ਉਹਦਾ JPG ਹੋਵੇ। ਇਟ ਮੀਨਸ ਇਹ ਕਿਉਂ ਦੱਸਿਆ ਜਾ ਰਿਹਾ ਹੈ, ਇਮੇਜ ਰੀਸਾਈਜ਼ਰ ਵਿੱਚ ਜਾ ਕੇ ਆਪਣੀ ਫੋਟੋ ਨੂੰ ਤੁਸੀਂ ਰੀਸਾਈਜ਼ ਕਰ ਲੈਣਾ ਹੈ। ਬਾਕੀ ਵੈਸੇ ਵੀਡੀਓ ਵਿੱਚ ਦੱਸਿਆ ਹੋਇਆ ਹੈ, ਇੱਥੇ ਫਿਰ ਦੁਬਾਰਾ ਦੱਸ ਦਿੰਦਾ ਹਾਂ ਕਿ ਕਿਵੇਂ ਫੋਟੋ ਨੂੰ ਰੀਸਾਈਜ਼ ਕਰਨਾ ਹੈ। ਜਸਟ ਤੁਸੀਂ ਲਿਖਣਾ ਹੈ ਇਮੇਜ, ਇਹ ਆ ਗਿਆ ਇਮੇਜ ਰੀਸਾਈਜ਼ਰ, ਔਰ ਇਸ ਨੂੰ ਤੁਸੀਂ ਕਲਿੱਕ ਕੀਤਾ ਰੀਸਾਈਜ਼ ਇਮੇਜ ਔਨਲਾਈਨ JPG, ਔਰ ਇਸ ਨੂੰ ਕਲਿੱਕ ਕਰਨ ਤੋਂ ਬਾਅਦ ਇਹ ਓਪਨ ਹੋ ਜਾਂਦਾ ਹੈ। ਤੁਸੀਂ ਸਿਲੈਕਟ ਇਮੇਜ ਕਰਨੀ ਹੈ। ਫੋਰ ਐਗਜ਼ਾਮਪਲ, ਮੇਰੇ ਕੋਲ ਇਮੇਜ ਪਹਿਲਾਂ ਖਿੱਚੀਆਂ ਪਈਆਂ ਹਨ, ਤੁਸੀਂ ਪਹਿਲਾਂ ਖਿੱਚ ਕੇ ਆਪਣੇ ਲੈਪਟਾਪ ਜਾਂ ਉੱਤੇ ਰੱਖ ਲੈਂਦੇ ਹੋ। ਇਹ ਮੈਂ ਇਮੇਜ ਸਿਲੈਕਟ ਕਰ ਲਈ, ਓਪਨ ਕਰ ਲਈ, ਔਰ ਇਸ ਨੂੰ ਰੀਸਾਈਜ਼ ਕਰ ਲਿਆ। ਰੀਸਾਈਜ਼ ਕਰਨ ਲਈ ਮੈਂ ਕਿੰਨੇ ਪਰਸੈਂਟ ਘਟਾਉਣੀ ਹੈ, ਹੈ ਨਾ, ਉਹ ਕਰ ਸਕਦਾ ਹਾਂ, ਜਾਂ ਪਰਸੈਂਟ ਕਿੰਨੀ ਰੱਖਣੀ ਹੈ, ਜਾਂ ਪਿਕਸਲ ਕਿੰਨੇ ਰੱਖਣੇ ਨੇ। ਫੋਰ ਐਗਜ਼ਾਮਪਲ, ਇਹ ਬਹੁਤ ਜ਼ਿਆਦਾ ਹੈ, ਮੈਂ 200 KB ਰੱਖ ਲਈ, ਇਹ 200 KB ਨਹੀਂ, 200 pixels ਇਹ ਵਾਲੇ ਰੱਖ ਲਏ, ਹਾਈ ਵਿਡਥ ਦੇ, ਹਾਈਟ ਦੇ ਉਸ ਦਿਨ ਮੁਤਾਬਕ ਆ ਗਏ, ਰੈਜ਼ੋਲਿਊਸ਼ਨ ਇੰਨੀ ਹੋ ਗਈ। ਔਰ ਮੈਂ ਕਿਹਾ ਕਿ ਰੀਸਾਈਜ਼ ਇਸ ਨੂੰ ਕਰ ਦਿੱਤਾ ਜਾਵੇ, ਇੱਥੇ ਕਲਿੱਕ ਕੀਤਾ, ਔਰ ਇਹ 12.34 KB ਦੀ ਬਣ ਕੇ ਆ ਗਈ ਹੈ। ਇਸ ਨੂੰ ਮੈਂ ਡਾਊਨਲੋਡ ਕਰ ਲਿਆ ਹੈ, ਜਿੱਥੇ ਡਾਊਨਲੋਡ ਹੋ ਜਾਂਦੀ ਹੈ ਉੱਥੇ ਸੇਵ ਤੁਸੀਂ ਰੱਖ ਲੈਣੀ ਹੈ, ਇੰਨਾ ਕੰਮ ਕਰਨਾ ਹੈ। ਸੋ ਇਹ ਕੰਮ ਹੋ ਗਿਆ। ਦੂਸਰਾ ਹੈ ਆਧਾਰ ਕਾਰਡ ਨੰਬਰ ਚਾਹੀਦਾ ਹੈ ਜਾਂ ਆਧਾਰ ਵਰਚੁਅਲ ਆਈਡੀ ਚਾਹੀਦੀ ਹੈ। ਜਦੋਂ ਫਾਰਮ ਫਿਲ ਕਰੋਗੇ ਤਾਂ ਉੱਥੇ ਸਟਾਰ ਪਾਏ ਹੋਣਗੇ ਹਰ ਕਾਲਮ, ਕਿਸੇ ਨਾ ਕਿਸੇ ਕਾਲਮ 'ਤੇ, ਜਿਸ ਕਾਲਮ 'ਤੇ ਸਟਾਰ ਪਾਇਆ ਹੈ ਇਟ ਮੀਨਸ ਉਹ ਮੈਂਡੇਟਰੀ ਹੈ। ਸੋ ਆਧਾਰ ਕਾਰਡ ਦਾ ਨੰਬਰ ਮੈਂਡੇਟਰੀ ਹੈ, ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਜਾਂ ਵਰਚੁਅਲ ਆਈਡੀ। ਯੂਅਰ ਮੋਬਾਈਲ ਨੰਬਰ ਫਿਲ ਕਰਨਾ ਪੈਂਦਾ ਹੈ, ਫਸਟ, ਮਿਡਲ ਐਂਡ ਲਾਸਟ ਨੇਮ, ਫੋਰ ਐਗਜ਼ਾਮਪਲ ਜੱਸਾ ਸਿੰਘ ਆਲੂਵਾਲੀਆ, ਹੈ ਨਾ, ਕੋਈ ਹੋਰ ਨਾਮ ਵੀ ਹੋ ਸਕਦਾ ਹੈ, ਬਲਵਿੰਦਰ ਕੌਰ ਮਾਨ, ਹਾਂ ਬਲਵਿੰਦਰ ਫਸਟ ਹੋ ਗਿਆ, ਹੈ ਨਾ, ਕੌਰ ਮਾਨ ਲਾਸਟ ਨੇਮ। ਸੋ ਇਹ ਨੇਮ ਫਿਲ ਕਰਨੇ ਪੈਂਦੇ ਹਨ। ਜੇ ਇਹ ਮਿਡਲ ਨੇਮ ਨਹੀਂ ਵੀ ਹੈ, ਜੇ ਕੋਈ ਨੇਮ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ। ਕੰਪਲੀਟ ਐਡਰੈਸ ਹੋਣਾ ਚਾਹੀਦਾ ਹੈ, ਜਿਸ ਵਿੱਚ ਡਿਸਟ੍ਰਿਕਟ, ਤਹਿਸੀਲ ਅਤੇ ਪਿੰਨ ਕੋਡ ਫਿਲ ਕਰਨਾ ਪੈਂਦਾ ਹੈ। ਇਹਦਾ ਧਿਆਨ ਰੱਖਣਾ ਹੈ, ਆਪਣਾ ਪਿੰਨ ਕੋਡ ਪਹਿਲਾਂ ਤੋਂ ਡਾਇਰੀ 'ਚ ਲਿਖ ਕੇ ਰੱਖੋ, ਯਾਦ ਰੱਖੋ। ਨਿਊ ਇਨਕਮ ਸਰਟੀਫਿਕੇਟ, ਨਿਊ ਨੂੰ ਅੰਡਰਲਾਈਨ ਕਰ ਲਓ ਕਿ ਇਨਕਮ ਸਰਟੀਫਿਕੇਟ, ਕਿਉਂਕਿ ਇਨਕਮ ਚੇਂਜ ਹੋ ਸਕਦੀ ਹੈ, ਦੈਟ ਇਜ਼ ਵਾਈ ਤੁਹਾਨੂੰ ਨਵਾਂ ਇਨਕਮ ਸਰਟੀਫਿਕੇਟ ਬਣਾਉਣਾ ਪੈਂਦਾ ਹੈ ਜਦੋਂ ਫ੍ਰੀ ਸ਼ਿਪ ਕਾਰਡ ਲਈ ਅਪਲਾਈ ਕਰਨਾ ਹੈ। ਔਰ ਇਨਕਮ ਦੀ ਐਲੀਜੀਬਿਲਟੀ ਸਕਾਲਰਸ਼ਿਪ ਦੀ ਤਾਂ ਹੀ ਬਣਦੀ ਹੈ, ਫ੍ਰੀ ਸ਼ਿਪ ਕਾਰਡ ਤਾਂ ਬਣੇਗਾ ਜੇਕਰ SC ਸ਼ਡਿਊਲਡ ਕਾਸਟ ਜਾਂ ਸ਼ਡਿਊਲਡ ਟ੍ਰਾਈਬ ਜੋ ਹੈ, ਇਹਨਾਂ ਦਾ 2.5 ਲੱਖ, 2.5 ਲੱਖ ਤੋਂ ਲੈੱਸ ਇਨਕਮ ਪਰਿਵਾਰ ਦੀ ਹੋਣੀ ਚਾਹੀਦੀ ਹੈ। ਔਰ ਇਹ ਸਰਟੀਫਿਕੇਟ ਜਿਵੇਂ ਉਹ JPG 'ਚ ਕੀਤਾ ਸੀ, ਇਹ ਸਰਟੀਫਿਕੇਟ PDF ਫਾਰਮੈਟ 'ਚ ਚਾਹੀਦਾ। ਉਹ JPG 'ਚ ਸੀ, ਇਹ PDF 'ਚ ਚਾਹੀਦਾ ਹੈ। ਇਸ ਫਾਰਮੈਟ ਦੀ ਜਿਹੜੀ ਸਾਈਜ਼ ਹੈ ਉਹ ਕਿੰਨਾ, 125 KB ਤੋਂ ਘੱਟ, ਲੈੱਸ, ਐਰੋ ਨੀਚੇ ਮਾਰਤਾ, ਇੱਥੇ ਲਿਖ ਵੀ ਦਿੱਤਾ ਹੈ ਲੈੱਸ ਚਾਹੀਦਾ ਹੈ। ਸੋ ਇਹ ਵੀ ਤੁਸੀਂ ਉਸੇ ਤਰ੍ਹਾਂ ਤਿਆਰ ਕਰਕੇ ਰੱਖ ਲੈਣਾ ਹੈ। OBC ਜਿਹੜੀ ਸਭ ਕੁਝ ਸੇਮ ਰਹੇਗਾ, ਸਿਰਫ OBC ਲਈ ਜਿਹੜਾ ਇਨਕਮ ਸਰਟੀਫਿਕੇਟ ਹੈ 1 ਲੱਖ ਤੋਂ ਘੱਟ ਹੋਣਾ ਚਾਹੀਦਾ ਹੈ। ਨੋਨ ਕ੍ਰੀਮੀ ਲੇਅਰ ਦੀ ਵੀ ਇੰਡੀਕੇਸ਼ਨ ਇੱਥੇ ਹੁੰਦੀ ਹੈ। ਦ ਐਨੂਅਲ ਫੈਮਲੀ ਇਨਕਮ ਆਫ OBC ਸਟੂਡੈਂਟ ਸ਼ੁੱਡ ਨੋਟ ਐਕਸੀਡ ਇੰਡੀਅਨ ਰੁਪੀਜ਼ 1 ਲੱਖ, ਇਸ ਤੋਂ ਘੱਟ ਹੋਣਾ ਚਾਹੀਦਾ ਹੈ। ਸਰਟੀਫਿਕੇਟ ਆਫ ਪ੍ਰੀਵੀਅਸ, ਅੱਛਾ, ਉਹ ਵੀ JPG PDF ਵਿੱਚ 125 KB ਤੋਂ ਘੱਟ ਹੋਣੀ ਚਾਹੀਦੀ ਹੈ।
ਜਿਵੇਂ SC ਸਰਟੀਫਿਕੇਟ ਸੀ ਜਿਹੜੇ ਅਪਲੋਡ ਹੋਣੇ ਨੇ ਸਰਟੀਫਿਕੇਟ ਆਫ ਪ੍ਰੀਵੀਅਸਲੀ ਪਾਸ ਕਲਾਸ ਜੇ ਤੁਸੀਂ BA ਲਈ ਅਪਲਾਈ ਕਰ ਰਹੇ ਹੋ ਫਸਟ ਈਅਰ ਲਈ ਤੁਹਾਡੇ ਕੋਲ 10+2 ਦਾ ਚਾਹੀਦਾ ਹੈ ਹੈ ਨਾ ਜੇਕਰ BEd ਲਈ ਕਰ ਰਹੇ ਹੋ ਤੁਹਾਡੇ ਕੋਲ BA ਦਾ ਜਾਂ MA ਦਾ ਜੋ ਵੀ ਤੁਸੀਂ ਲਾਸਟ ਡਿਗਰੀ ਕੀਤੀ ਹੈ ਪਾਸ ਉਹ ਦਾ ਸਰਟੀਫਿਕੇਟ ਚਾਹੀਦਾ ਹੈ ਸਕੈਨਡ ਚਾਹੀਦਾ ਹੈ PDF ਫਾਰਮ ਵਿੱਚ ਚਾਹੀਦਾ ਹੈ ਫਾਰਮੈਟ ਔਰ 125 KB ਤੋਂ ਘੱਟ ਉਸਦਾ ਸਾਈਜ਼ ਚਾਹੀਦਾ ਹੈਵੀਨੈਸ ਜੋ ਹੈ ਕਾਸਟ ਸਰਟੀਫਿਕੇਟ ਵੀ ਅਪਲੋਡ ਹੋਣਾ ਹੈ ਕਾਸਟ ਸਰਟੀਫਿਕੇਟ PDF ਫਾਰਮ ਵਿੱਚ ਔਰ ਲੈਸ ਦੈਨ 125 KB ਸੋ ਇਹ ਚੀਜ਼ਾਂ ਚਾਹੀਦੀਆਂ ਹਨ ਫ੍ਰੀਸ਼ਿਪ ਕਾਰਡ ਅਪਲਾਈ ਕਰਨ ਲਈ ਜੇ ਤੁਸੀਂ PDF ਦਾ ਸਾਈਜ਼ ਘਟਾਉਣ ਲਈ ਕੰਪਰੈਸ ਕਰਨ ਲਈ iLove PDF ਤੇ ਜਾਣਾ ਹੈ iLove PDF ਆਨਲਾਈਨ PDF ਟੂਲ ਫਾਰ PDF ਲਵਰਸ ਤੇ ਕਲਿੱਕ ਕਰਨਾ ਹੈ ਕੰਪਰੈਸ PDF ਉਸਦਾ ਸਾਈਜ਼ ਤੁਸੀਂ ਘਟਾਉਣਾ ਚਾਹੁੰਦੇ ਹੋ ਸਿਲੈਕਟ PDF ਫਾਈਲ ਇਸ ਨੂੰ ਕਲਿੱਕ ਕਰ ਦੇਣਾ ਹੈ ਜਿਹੜੀ ਵੀ ਫਾਈਲ ਹੈ ਉਸ ਨੂੰ ਤੁਸੀਂ ਸਿਲੈਕਟ ਕਰ ਲੈਣਾ ਹੈ ਇਹ ਓਪਨ ਤੇ ਕਲਿੱਕ ਕੀਤਾ ਫਾਈਲ ਇੱਥੇ ਆ ਗਈ ਇਸ ਤੋਂ ਬਾਅਦ ਤੁਸੀਂ ਐਕਸਟ੍ਰੀਮ ਕੰਪਰੈਸ ਕਰਨਾ ਚਾਹੁੰਦੇ ਹੋ ਜਾਂ ਫਿਰ ਇਹ ਲੈਸ ਕੁਆਲਿਟੀ ਹੋਏਗੀ ਹਾਈ ਕੰਪਰੈਸ ਹੋਏਗੀ ਕੰਪਰੈਸ ਮੀਨ ਉਨਾ ਹੀ ਛੋਟਾ ਹੋ ਜਾਏਗਾ ਸਾਈਜ਼ ਇਹ ਗੁੱਡ ਕੁਆਲਿਟੀ ਹੈ ਗੁੱਡ ਕੰਪਰੈਸ ਮਿਡਲ ਹੋਏਗਾ ਇਹ ਹਾਈ ਕੁਆਲਿਟੀ ਹੈ ਲੈਸ ਕੰਪਰੈਸ ਛੋਟੀ ਕਰਨੀ ਹੈ ਜੇ ਸਾਈਜ਼ ਆਲਰੇਡੀ ਹੀ ਛੋਟਾ ਹੈ ਤਾਂ ਤੁਸੀਂ ਇਸ ਨੂੰ ਚੂਜ਼ ਕਰ ਸਕਦੇ ਹੋ ਅਦਰਵਾਈਜ਼ ਮਿਡ ਨੂੰ ਜੇਕਰ ਬਹੁਤ ਵੱਡਾ ਸਾਈਜ਼ ਹੈ ਉਸਦਾ ਤਾਂ ਐਕਸਟ੍ਰੀਮ ਵਾਲੇ ਨੂੰ ਚੂਜ਼ ਕਰ ਸਕਦੇ ਹੋ ਮੈਂ ਮਿਡਲ ਵਾਲੇ ਨੂੰ ਚੂਜ਼ ਕੀਤਾ ਹੈ ਇਸ ਤੋਂ ਬਾਅਦ ਕੰਪਰੈਸ PDF ਤੇ ਕਲਿੱਕ ਕੀਤਾ ਹੈ ਸੋ ਇਹ ਜਿਹੜੀ PDF ਹੈ ਅਜੇ ਵੀ ਵੱਡੀ ਹੈ ਕਿਉਂਕਿ 986.25 KB ਹੈ ਮੈਂ ਦੁਬਾਰਾ ਸਿਲੈਕਟ ਕੀਤੀ ਇਹ ਫਾਈਲ ਸਿਲੈਕਟ PDF ਫਾਈਲ ਸਿਲੈਕਟ ਕਰਨ ਤੋਂ ਬਾਅਦ ਇਹ ਮੈਂ ਫਾਈਲ ਸਿਲੈਕਟ ਕਰ ਲਈ ਓਪਨ ਕਰ ਲਈ ਹੋਰ ਇਸ ਨੂੰ ਮੈਂ ਐਕਸਟ੍ਰੀਮ ਕੰਪਰੈਸ਼ਨ 'ਤੇ ਕਲਿੱਕ ਕੀਤਾ ਕਲਿੱਕ ਕਰਨ ਤੋਂ ਬਾਅਦ ਕੰਪਰੈਸ PDF ਰੈੱਡ ਬਟਨ ਨੂੰ ਕਲਿੱਕ ਕੀਤਾ ਉਸਨੇ ਐਕਸਟ੍ਰੀਮਲੀ ਕੰਪਰੈਸ ਕਰ ਦਿੱਤਾ ਔਰ ਇਹ ਫਾਈਲ ਦਾ ਸਾਈਜ਼ ਕਾਫੀ ਘੱਟ ਗਿਆ ਹੈ ਕਿਉਂਕਿ ਇਹ ਕਾਫੀ ਪੇਜ ਨੇ ਤੁਸੀਂ ਇੱਕ ਪੇਜ ਚੂਜ਼ ਕਰਨਾ ਹੈ ਤਾਂ ਇਸ ਤਰ੍ਹਾਂ ਤੁਸੀਂ ਆਪਣੀ PDF ਨੂੰ ਕੰਪਰੈਸ ਕਰ ਸਕਦੇ ਹੋ ਆਪਣੇ ਕਾਸਟ ਇਨਕਮ ਸਰਟੀਫਿਕੇਟ ਪਿਛਲੇ ਸਰਟੀਫਿਕੇਟ ਜਿਹੜੇ ਨੇ ਉਹਨਾਂ ਦਾ ਸਾਈਜ਼ ਘਟਾ ਸਕਦੇ PDF ਫਾਰਮੈਟ ਲੈਸ ਦੈਨ 125 KB ਨੈਕਸਟ ਵੀਡੀਓ ਵਿੱਚ ਕਰਾਂਗੇ ਕਿ ਫ੍ਰੀ ਸ਼ਿਪ ਕਾਰਡ ਨੂੰ ਅਪਲਾਈ ਕਿਸ ਤਰ੍ਹਾਂ ਕਰਨਾ ਹੈ ਆਨਲਾਈਨ ਥੈਂਕ ਯੂ